ਜੇ ਬਾਈ ਚਾਂਸ ਇਸ ਤਰ੍ਹਾਂ ਦੀ ਕੋਈ ਸ਼ਾਰਟ ਸਰਕਟ ਲੱਗ ਰਿਹਾ ਤੁਹਾਨੂੰ ਕੀ ਕਰਨਾ ਚਾਹੀਦਾ ਐਪ ਨਾਲ ਦੇ ਨਾਲ ਆਨ ਦੀ ਸਪੋਟ ਸਰ ਜਿਹੜੀ ਉਹ ਸੀਜ਼ ਫਾਇਰ ਹੈ ਉਹ ਤਾਂ ਹਰ ਗੱਡੀ ਵਾਲੇ ਨੂੰ ਰੱਖਣੀ ਚਾਹੀਦੀ, ਜ਼ਰੂਰੀ ਨਹੀਂ ਬੇਸਿਕ ਟੈਕਸੀ ਵਾਲੇ ਨੂੰ ਰੱਖਣੀ ਚਾਹੀਦੀ ਹੈ। ਇਹ ਤਾਂ ਸਾਰਿਆਂ ਨੂੰ ਰਿਕਮੈਂਡ ਕਰ ਦੇਣੀ ਚਾਹੀਦੀ ਕਿ ਛੋਟੀ ਜਿਹੀ ਅੱਗ ਲੱਗੀ ਉੱਥੇ ਬੁਝਾ ਦਿਓ। ਜਲਦੀ ਗੱਡੀ 'ਚ ਕਿਉਂ ਲੱਗਦੀ ਹੈ ਅੱਗ? ਗਰਮੀਆਂ ਵੇਲੇ ਹੀ ਕਿਉਂ ਵਾਪਰਦੇ ਨੇ ਵੱਡੇ ਹਾਦਸੇ? ਜੇ ਤੁਸੀਂ ਵੀ ਗੱਡੀ 'ਚ ਕਰਵਾਇਆ ਇਹ ਕੰਮ, ਕਰਵਾ ਲਓ ਟਾਈਮ ਰਹਿੰਦੇ ਸਹੀ, ਨਹੀਂ ਤਾਂ ਤੁਹਾਡਾ ਵੀ ਹੋ ਜਾਏਗਾ ਵੱਡਾ ਨੁਕਸਾਨ। 40 ਸਾਲ ਪੁਰਾਣੇ ਤਜਰਬੇਕਾਰ ਮਕੈਨਿਕ ਨੇ ਦੱਸੀ ਅੱਗ ਲੱਗਣ ਦੀ ਵਜ੍ਹਾ। ਜਿਹੜੇ ਬੰਦੇ ਐਕਸਟਰਾ ਵਾਇਰਿੰਗ ਲਾ ਲੈਂਦੇ ਆ, ਜਿੱਦਾਂ ਹੈੱਡਲਾਈਟ ਦੇ ਵਿੱਚ ਉਹ ਇੰਡੀਕੇਟਰ ਲਾ ਲਿਆ, ਅੰਦਰ ਕੋਈ ਐਂਪ ਲਾ ਲਿਆ, ਐਂਪ ਦੀ ਤਾਰ ਦਾ ਕੋਈ ਲੂਜ ਕੰਡਕਟਰ ਹੋ ਗਿਆ, ਉੱਥੇ ਹਲਕੀ ਜਿਹੀ ਸਪਾਰਕ ਹੋਣੀ ਸ਼ੁਰੂ ਹੋਣੀ ਹੋਏਗੀ। ਸਪਾਰਕ ਹੋਇਆ, ਹਲਕਾ ਹਲਕਾ ਸਪਾਰਕ ਹੁੰਦੇ, ਸਪਾਰਕ ਹੌਲੀ ਹੌਲੀ ਵੱਧਦਾ ਆ। ਆਪਾਂ ਰੋਟੇਸ਼ਨ 'ਚ ਏਸੀ ਲਾ ਕੇ ਕਰ ਲਏ ਆ, ਗੱਡੀ ਚੱਲੀ ਜਾ ਰਹੀ ਆ, ਉਹ ਪਤਾ ਵੀ ਨਹੀਂ ਲੱਗਦਾ ਕਿ ਗੱਡੀ ਨੂੰ ਅੱਗ ਲੱਗ ਗਈ ਆ। ਮੋਹਾਲੀ ਦੇ ਫਲਾਈਓਵਰ ਤੇ ਅੱਜ ਇੱਕ ਗੱਡੀ ਦੇ ਵਿੱਚ ਅੱਗ ਲੱਗੀ ਤਾਂ ਸਾਡੇ ਸਹਿਯੋਗੀ ਦੇ ਵੱਲੋਂ ਇਸ ਦਾ ਕਾਰਨ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ 40 ਸਾਲ ਪੁਰਾਣੇ ਇੱਕ ਤਜਰਬੇਕਾਰ ਮਕੈਨਿਕ ਨੂੰ ਪੁੱਛਿਆ ਗਿਆ ਤਾਂ ਉਸਦਾ ਕਹਿਣਾ ਸੀ ਕਿ ਜੇਕਰ ਤੁਸੀਂ ਗੱਡੀ ਨਵੀਂ ਲੈਂਦੇ ਹੋ, ਜੇਕਰ ਸਾਰੀ ਚੀਜ਼ ਗੱਡੀ ਦੇ ਵਿੱਚ ਸਪੀਕਰ ਤੋਂ ਲੈ ਕੇ ਲਾਈਟ ਤੋਂ ਲੈ ਕੇ ਹਰੇਕ ਚੀਜ਼ ਕੰਪਨੀ ਫਿੱਟਡ ਹੈ ਤਾਂ ਤੁਹਾਡੀ ਗੱਡੀ 'ਚ ਕੋਈ ਪ੍ਰੋਬਲਮ ਜਾਂ ਅੱਗ ਕਦੇ ਲੱਗ ਹੀ ਨਹੀਂ ਸਕਦੀ। ਪਰ ਜੇਕਰ ਤੁਸੀਂ ਹੈੱਡਲਾਈਟ, ਸਪੀਕਰ ਜਾਂ ਫਿਰ ਵਾਇਰਿੰਗ 'ਚ ਕੋਈ ਕੰਮ ਕਰਵਾਇਆ ਹੁੰਦਾ ਹੈ ਤਾਂ ਤੁਹਾਡੀ ਗੱਡੀ ਦੇ ਵਿੱਚ ਹਮੇਸ਼ਾ ਖਤਰਾ ਬਣਿਆ ਰਹਿੰਦਾ ਹੈ। ਆਓ ਮਨੋਜ ਰਾਠੀ ਦੀ ਇਹ ਸਪੈਸ਼ਲ ਰਿਪੋਰਟ ਦੇਖਦੇ ਹਾਂ। ਕਿਉਂਕਿ ਪਹਿਲਾਂ ਵੀ ਅਸੀਂ ਦੇਖਿਆ ਹੈ ਕਿ ਕਈ ਗੱਡੀਆਂ 'ਚ ਚਲਦੇ ਚਲਦੇ ਅੱਗ ਲੱਗ ਜਾਂਦੀ ਹੈ। ਅੱਜ ਵੀ ਖਰੜ 'ਚ ਗੱਡੀ ਅੱਗ ਲੱਗੀ, ਹਾਲਾਂਕਿ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਬਚਾਵ ਹੋ ਗਿਆ। ਰੀਜ਼ਨ ਕੀ ਰਹਿੰਦਾ, ਕਾਰਨ ਕੀ ਰਹਿੰਦਾ ਹੈ ਕਿ ਕੋਈ ਵੀ ਗੱਡੀ ਹੋਵੇ, ਚਾਹੇ ਪੈਟਰੋਲ, ਚਾਹੇ ਡੀਜ਼ਲ, ਚਾਹੇ ਗੈਸਕਿਟ ਵਾਲੀ? ਠੀਕ ਹੈ ਸਰ, ਇੱਦਾਂ ਨਾ ਕਿ ਜਿਹੜੇ ਬੰਦੇ ਕੰਪਨੀ ਤੋਂ ਗੱਡੀ ਜੈਨੂਨ ਆਉਂਦੀ ਹੈ, ਜਿਹੜੇ ਬੰਦੇ ਐਕਸਟਰਾ ਵਾਇਰਿੰਗ ਲਾ ਲੈਂਦੇ ਆ, ਜਿੱਦਾਂ ਹੈੱਡਲਾਈਟ ਦੇ ਵਿੱਚ ਉਹ ਇੰਡੀਕੇਟਰ ਲਾ ਲਿਆ, ਅੰਦਰ ਕੋਈ ਐਂਪ ਲਾ ਲਿਆ, ਐਂਪ ਦੀ ਤਾਰ ਦਾ ਕੋਈ ਲੂਜ ਕੰਡਕਟਰ ਹੋ ਗਿਆ, ਉੱਥੇ ਹਲਕੀ ਜਿਹੀ ਸਪਾਰਕ ਹੋਣੀ ਸ਼ੁਰੂ ਹੋਣੀ ਹੋਏਗੀ। ਜਦੋਂ ਜਿਸ ਟਾਈਮ ਐਂਪ ਚੱਲ ਰਿਹਾ ਉਸ ਟਾਈਮ ਤਾਂ ਵੈਸੇ ਨਹੀਂ, ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਵੈਸੇ ਨਹੀਂ ਪਤਾ ਲੱਗਦਾ ਕਿ ਬੁੰਮ ਬੁੰਮ ਜ਼ਿਆਦਾ ਹੋ ਰਹੀ ਆ, ਧਿਆਨ ਜਾਂਦਾ ਨਹੀਂ। ਉਦੋਂ ਸਪਾਰਕ ਹੋਇਆ, ਹਲਕਾ ਹਲਕਾ ਸਪਾਰਕ ਹੁੰਦੇ, ਸਪਾਰਕ ਹੌਲੀ ਹੌਲੀ ਵੱਧਦਾ ਆ। ਆਪਾਂ ਰੋਟੇਸ਼ਨ 'ਚ ਏਸੀ ਲਾ ਕੇ ਕਰ ਲਏ ਆ, ਗੱਡੀ ਚੱਲੀ ਜਾ ਰਹੀ ਆ, ਉਹ ਪਤਾ ਵੀ ਨਹੀਂ ਲੱਗਦਾ ਕਿ ਗੱਡੀ ਨੂੰ ਅੱਗ ਲੱਗ ਗਈ ਆ। ਦੂਸਰਾ ਕਾਰਨ, ਦੂਸਰਾ ਇਹ ਕਿ ਜਿਹੜੇ ਗੱਡੀ ਡੀਜ਼ਲ ਰੱਖਦੇ ਜਾਂ ਪੈਟਰੋਲ ਰੱਖਦੇ ਆ, ਜਿੱਦਾਂ ਕੋਈ ਹਲਕੀ ਜਿਹੀ ਲੀਕੇਜ ਆ, ਉਸਨੂੰ ਸਡਨਲੀ ਠੀਕ ਕਰਾ ਲੈਣਾ ਚਾਹੀਦਾ। ਅਗਰ ਨਹੀਂ ਕਰਾਉਂਦੇ ਤਾਂ ਜਿਹੜੀ ਲੀਕੇਜ ਆ, ਜਦੋਂ ਥੱਲੇ ਤੇ ਆਇਲ ਲੀਕ ਕਰੇਗਾ ਤੇ ਅੰਦਰ ਪੈਟਰੋਲ ਦੀ ਗੱਡੀ ਆ, ਚਾਹੇ ਬੇਸਿਕ ਉਹ ਡੀਜ਼ਲ ਦੀ ਗੱਡੀ ਆ, ਜਿਹਦੇ ਵਿੱਚ ਉਹ ਡੀਜ਼ਲ ਦੀ ਗੱਡੀ ਆ ਤੇ ਉਹ ਤੋਂ ਜਿੱਥੇ ਵੀ ਹਲਕਾ ਜਿਹਾ ਲੂਜ ਕੰਡਕਟਰ ਹੋਏਗਾ ਉੱਥੇ ਪੈਟਰੋਲ ਜਾਂ ਡੀਜ਼ਲ ਗਿਰੇਗਾ, ਫਾਇਰਿੰਗ ਹੋ ਜਾਏਗੀ, ਬਲਾਸਟ ਹੋਣ ਦੇ ਚਾਂਸ ਥੋੜੀ ਥੋੜੀ ਅੱਗ ਲੱਗਦੀ ਲੱਗਦੀ ਅੰਦਰ ਵੱਧ ਜਾਂਦੀ ਆ, ਗੱਡੀ ਨੂੰ ਅੱਗ ਲੱਗ ਜਾਂਦੀ। ਦੋ ਤਿੰਨ ਕਾਰਨ ਤੁਸੀਂ ਦੱਸਦੇ ਜੀ, ਜਿੱਦਾਂ ਤੁਸੀਂ ਲਗਾਤਾਰ ਇਹਦੇ ਵਿੱਚ ਲੱਗੇ ਰਹਿੰਦੇ ਹੋ ਟੈਕਨੀਕਲੀ, ਕੋਈ ਵੀ ਵਾਇਰ ਜੇਕਰ ਐਕਸਟਰਾ ਐਸੈਸਰੀ ਲਾਈ ਹੋਈ ਹੈ, ਜਿੱਦਾਂ ਤੁਸੀਂ ਕਿਹਾ ਬੂਫਰ ਜਾਂ ਕੋਈ ਹੌਰਨ ਜਾਂ ਕੋਈ ਫੌਗ ਲਾਈਟ, ਉਹਨਾਂ ਦੀ ਵਾਇਰ ਜਿਹੜੀ ਜੁਆਇੰਟ ਹੁੰਦੀ ਹੈ ਉਹਦੇ 'ਚ ਜੁਆਇੰਟ ਹੁੰਦੀ ਹੈ, ਜੁਆਇੰਟ ਕੋਈ ਵੀ ਕਦੀ ਲੂਜ ਕੰਡਕਟਰ ਨਹੀਂ ਰਹਿਣਾ ਚਾਹੀਦਾ, ਪ੍ਰੋਪਰ ਸੋਲੂਸ਼ਨ ਕਰਨਾ ਚਾਹੀਦਾ। ਉਹਦੇ ਉੱਪਰ ਸਲੀਵ ਚਾੜ ਦਿਓ, ਸਲੀਵ ਚਾੜਨ ਤੋਂ ਬਾਅਦ ਜਿੱਦਾਂ ਮੈਂ ਰਿਲੇ ਲਾਈ ਆ ਜੀ, ਇਹਨਾਂ ਦੀ ਸਾਡੇ ਕੋਲ ਰਿਲੇ ਲੱਗੀ ਹੈ, ਰੂਟਸ ਕੰਪਨੀ ਦੀ ਰਿਲੇ ਆ ਉਹ, ਠੀਕ ਹੈ, ਪ੍ਰੋਪਰ ਸੋਕਟ ਟੂ ਸੋਕਟ ਹੈ। ਇਨ ਕੇਸ ਇਹਦੇ ਇਸ ਬੈਰਿੰਗ ਤੇ ਸ਼ਾਰਟ ਵੀ ਹੋਏਗਾ ਤਾਂ ਪਹਿਲਾਂ ਫਿਊਜ ਉੜੇਗਾ ਸਰ, ਠੀਕ ਹੈ। ਇਹਦੀਆਂ ਹੈੱਡਲਾਈਟਾਂ ਮੰਨ ਹੋਣੀਆਂ ਓਰੀਜਨਲ ਚੀਜ਼, ਓਰੀਜਨਲ 'ਚ ਹੀ ਚੀਜ਼ ਲਾਓ, ਮਤਲਬ ਜਗਾੜਬਾਜ਼ੀ ਕੋਈ ਨਾ ਕਰੋ। ਜਿੱਦਾਂ ਹੈੱਡਲਾਈਟ 'ਚ ਆਪਾਂ ਇੰਡੀਕੇਟਰ ਲਾ ਲਿਆ ਜੀ, ਅੱਜ ਕੱਲ੍ਹ ਸ਼ੋਸ਼ੇਬਾਜ਼ੀ ਚੱਲ ਰਹੀ ਹੈ ਨਾ, ਇੰਡੀਕੇਟਰ ਚੱਲ ਰਿਹਾ,
ਲੈਟ ਜ਼ਿਆਦਾ ਵਧਾਉਣ ਦੇ ਚੱਕਰ ਚ ਹਾਈ ਬੀਮ ਵੱਡੀਆਂ ਕਰ ਲਈਆਂ, ਜਦੋਂ ਤੁਸੀਂ ਡਿੱਪਰ ਮਾਰਿਆ ਸਪਾਰਕ ਤੱਕ ਉਹਦਾ ਵੀ ਕਾਰਨ ਹੁੰਦਾ ਜੀ। ਠੀਕ ਹੈ, ਜਿੱਦਾਂ ਤੁਸੀਂ ਕਿਹਾ ਕਿ ਚੀਜ਼ਾਂ ਜਿਹੜੀ ਆ ਓਰੀਜਨਲ ਹੀ ਲਾਣੀ ਚਾਹੀਦੀ। ਠੀਕ ਹੈ, ਉਹ ਸਰ ਜਿੱਦਾਂ ਤੁਸੀਂ ਦੱਸਿਆ ਕਿ ਜੁਆਇੰਟ ਜਿਹੜੇ ਹੈ ਉਹ ਵੀ ਉਹ ਪ੍ਰੋਪਰ ਟੇਪਿੰਗ ਹੋਣੀ ਚਾਹੀਦੀ ਜੀ। ਟੇਪਿੰਗ ਪਹਿਲਾਂ ਅਗਰ ਸਲੀਵ ਲੱਗ ਜਾਏ ਤਾਂ ਜ਼ਿਆਦਾ ਬੈਸਟ ਹੈ, ਕਿ ਉਹਦੇ ਵਾਸਤੇ ਟਾਈਮ ਚਾਹੀਦਾ, ਕਸਟਮਰ ਕੋਲ ਟਾਈਮ ਨਹੀਂ ਹੁੰਦਾ, ਕਈ ਵਾਰੀ ਮਿਸਤਰੀ ਲਾਪਰਵਾਹੀ ਕਰ ਜਾਂਦੇ ਆ। ਠੀਕ ਹੈ, ਇਹ ਵੀ ਹੁੰਦਾ, ਮੈਂ ਵੀ ਮਿਸਤਰੀ ਹਾਂ, ਮੈਂ ਕਿਸੇ ਨੂੰ ਦੋਸ਼ ਨਹੀਂ ਦੇ ਰਿਹਾ, ਬਿਲਕੁਲ, ਲੇਕਿਨ ਕਈ ਵਾਰੀ ਜਲਦਬਾਜ਼ੀ ਚ ਲਾਪਰਵਾਹੀ ਆਪਾਂ ਕਰ ਜਾਂਦੇ ਆ। ਠੀਕ ਹੈ, ਵੀ ਜਾਂ ਕਈ ਵਾਰੀ ਕਸਟਮਰ ਕਹਿੰਦਾ ਕਿ ਯਾਰ ਮੈਨੂੰ ਜਲਦੀ ਜਲਦੀ ਆ, ਉਹ ਚ ਫਿਰ ਮਿਸਤਰੀ ਨੂੰ ਵੀ ਥੋੜਾ ਜਲਦਬਾਜ਼ੀ ਦਿਖਾਣੀ ਪੈਂਦੀ ਆ, ਥੋੜਾ ਲੂਟ ਕੇ ਕਨੈਕਟਰ ਰਹਿ ਗਿਆ ਤਾਂ ਵੀ ਦਿੱਕਤ। ਕੀ ਸਾਵਧਾਨੀਆਂ ਜਿਹੜੀ ਆ ਉਹ ਵਰਤਣੀ ਚਾਹੀਦੀ, ਜਿੱਦਾਂ ਤੁਸੀਂ ਦੋ ਤਿੰਨ ਚੀਜ਼ਾਂ ਬਹੁਤ ਅਹਿਮ ਕੀਤੀ ਕਿ ਕੋਈ ਵੀ ਬਾਹਰ ਦੀ ਜਿਹੜੀ ਐਸੈਸਰੀ ਕੰਪਨੀ ਫਿਟਿਡ ਜਿਹੜੀ ਆ ਰਹੀ ਹੈ, ਜੇਕਰ ਤੁਸੀਂ ਬਾਹਰ ਦੀ ਚੀਜ਼ ਲਾਣੀ ਹੈ ਬੜਾ ਪ੍ਰੋਪਰ ਤਰੀਕੇ। ਹਾਂਜੀ, ਪ੍ਰੋਪਰ ਤਰੀਕੇ, ਬਾਹਰ ਦੀ ਚੀਜ਼ ਲਾਓ ਸਰ, ਲਾਣ ਵਾਸਤੇ ਮਨਾਹੀ ਨਹੀਂ ਹੈ, ਪਲੱਸ ਪ੍ਰੋਪਰ ਐਨ ਡਾਇਗਰਾਮਸ ਐ ਬਿਲਕੁਲ ਜੈਨੂਨ ਕਰਕੇ ਫਿਟਿੰਗ ਹੋਣੀ ਚਾਹੀਦੀ ਹੈ, ਵੀ ਜਿੱਥੋਂ ਤਾਰ ਜਾਣੀ ਚਾਹੀਦੀ ਉੱਥੇ ਤਾਰ ਨੂੰ ਹੀਟ ਨਾ ਮਿਲੇ ਕਿਤੋਂ ਵੀ, ਰੇਡੀਏਟਰ ਦੇ ਕੋਲ ਦੀ ਨਾ ਲੰਘੇ, ਇੰਜਨ ਤੋਂ ਥੋੜੀ ਦੂਰ ਰੱਖੀ ਜਾਵੇ ਵਾਇਰਿੰਗ, ਉਹ ਕਿਉਂਕਿ ਗਰਮ ਹੁੰਦਾ ਇੰਜਨ ਸਰ, 95 ਤੋਂ 97 ਡਿਗਰੀ ਤੋਂ ਬਾਅਦ ਫੈਨ ਆਨ ਹੁੰਦਾ, ਬਿਲਕੁਲ, ਉਸ ਤੋਂ ਬਾਅਦ ਅੱਗੇ ਪੱਖਾ ਚੱਲਦਾ, 95-97 ਡਿਗਰੀ ਤੇ ਫੈਨ ਨੂੰ ਆਨ ਹੋਣਾ ਆ, ਉਸ ਤੋਂ ਬਾਅਦ ਅਗਲਾ ਪ੍ਰੋਸੈਸ ਚੱਲਦਾ। ਠੀਕ ਹੈ, ਹਾਂਜੀ, ਤੇ ਜੇ ਬਾਈ ਚਾਂਸ ਇਸ ਤਰ੍ਹਾਂ ਦੀ ਕੋਈ ਸ਼ਾਰਟ ਸ਼ਾਰਟਕਟ ਲੱਗ ਰਿਹਾ ਤੁਹਾਨੂੰ, ਕੀ ਕਰਨਾ ਚਾਹੀਦਾ ਨਾਲ ਦੇ ਨਾਲ? ਆਨ ਦੀ ਸਪੋਟ ਤਾਂ ਸਰ ਜਿਹੜੀ ਉਹ ਸੀਜ਼ ਫਾਇਰ ਹੈ ਉਹ ਤਾਂ ਹਰ ਗੱਡੀ ਵਾਲੇ ਨੂੰ ਰੱਖਣੀ ਚਾਹੀਦੀ, ਜ਼ਰੂਰੀ ਨਹੀਂ ਬੇਸਿਕ ਟੈਕਸੀ ਵਾਲਿਆਂ ਨੂੰ ਰੱਖਣੀ ਚਾਹੀਦੀ ਹੈ, ਇਹ ਤਾਂ ਸਾਰਿਆਂ ਨੂੰ ਰਿਕਮੈਂਡ ਕਰ ਦੇਣੀ ਚਾਹੀਦੀ ਕਿ ਛੋਟੀ ਜਿਹੀ ਅੱਗ ਲੱਗੀ ਉੱਥੇ ਹੀ ਭਜਾ ਦਿਓ, ਨਾ ਫਾਇਰ ਬ੍ਰਿਗੇਡ ਦੀ ਲੋੜ ਪਵੇ। ਕਈ ਵਾਰੀ ਤੁਸੀਂ ਕਿਸੇ ਏਰੀਏ 'ਚ ਜਾ ਰਹੇ ਹੋ ਉੱਥੇ ਨਹੀਂ ਹੈ ਫਾਇਰ ਬ੍ਰਿਗੇਡ ਸਿਸਟਮ ਨਹੀਂ ਹੈ, ਜਿੱਦਾਂ ਪਿੰਡ ਵਾਲੇ ਏਰੀਏ 'ਚ ਕਹਿ ਲਓ ਜਾਂ, ਬਿਲਕੁਲ, ਮੈਨੂੰ ਜ਼ਿਆਦਾ ਨਹੀਂ ਪਤਾ ਇਹਦੇ ਬਾਰੇ ਨੌਲੇਜ ਨਹੀਂ ਹੈ, ਬਿਲਕੁਲ, ਕਿਸੇ ਜੰਗਲ ਵਾਲੇ ਏਰੀਆ ਜਾ ਰਹੇ ਜਾਂ ਛੋਟੇ ਸ਼ਹਿਰ ਜਾ ਰਹੇ ਉੱਥੇ ਫਾਇਰ ਬ੍ਰਿਗੇਡ ਹੈ ਹੀ ਨਹੀਂ ਹੈ, ਬੜੇ ਸ਼ਹਿਰਾਂ 'ਚ ਚਲੋ ਆ ਜਾਂਦੇ ਕਿ ਨਾਲ ਦੇ ਨਾਲ ਉਹ ਵੀ ਹੈ, ਤੇ ਦੂਜਾ ਜਿਹੜਾ ਵਾਇਰਿੰਗ ਹੈ ਉਹਨੂੰ ਵੀ ਪ੍ਰੋਪਰ ਜੁਆਇੰਟ ਹੋਣੀ ਚਾਹੀਦੀ ਹੈ। ਗੈਸ ਕਿੱਟ ਨੂੰ ਲੈ ਕੇ ਵੀ ਕਈ ਚੀਜ਼ਾਂ ਨੂੰ ਜਿਹੜੀ ਹੈਗੀ, ਗੈਸ ਕਿੱਟ ਜੇ ਅਗਰ ਜੇ ਕੰਪਨੀ ਵਾਲੀ ਯੂਜ਼ ਕਰੋ ਤਾਂ ਜ਼ਿਆਦਾ ਬੈਸਟ ਹੈ ਮੇਰੇ ਹਿਸਾਬ ਨਾਲ, ਕਿ ਉਹਦੀ ਫਿਟਿੰਗ ਪ੍ਰੋਪਰ ਹੈ, ਨਾ ਤਾਂ ਕੋਈ ਉਹਦਾ ਲੂਜ ਕਨੈਕਟਰ ਹੋਏਗਾ, ਨਾ ਕੋਈ ਉਹਦੀ ਮਿਸ ਫਾਇਰ ਦੀ ਹੋਏਗੀ। ਹੁੰਦਾ ਕਿ ਬੇਸਿਕਲ ਟੈਕਸੀ ਵਾਲੀ ਗੱਡੀਆਂ ਚਲਾਉਂਦੇ ਆ, ਮੈਂ ਟੈਕਸੀ ਵਾਲਿਆਂ ਨੂੰ ਮਾੜਾ ਨਹੀਂ ਕਹਿੰਦਾ, ਚਲੋ ਦੋ ਪੈਸੇ ਬਚਾਉਣ ਵਾਸਤੇ ਕਰ ਰਹੇ ਆ, ਕਿ ਗੈਸ ਸਸਤੀ ਪੈਂਦੀ ਹੈ ਉਹ ਲਾਉਂਦੇ ਆ, ਪਰ ਜਿਹੜੇ ਵੀ ਲਾਉਂਦੇ ਆ ਮੇਰੇ ਆਪਣੇ ਭਰਾਵਾਂ ਨੂੰ ਇਹੀ ਸਲਾਹ ਦੇਣਾ ਚਾਹੁੰਦਾ ਵੀ ਜੋ ਉਹਨਾਂ ਨੂੰ ਇਹ ਕਹੋ ਕਿ ਸਾਲਾ 2000 ਰੁਪਏ ਵੱਧ ਲਓ ਜਾਂ 1000 ਵੱਧ ਲਓ, ਉਹਦੀ ਫਿਟਿੰਗ ਪ੍ਰੋਪਰ ਕਰਕੇ ਦਿਓ, ਯਾਨੀ ਕਿ ਫਿਟਿੰਗ ਪ੍ਰੋਪਰ ਹੋਣੀ ਚਾਹੀਦੀ ਹੈ। ਔਰ ਕਈ ਕਾਰਨ ਜਿਹੜੇ ਹੈ ਕਿ ਤੁਹਾਡੇ ਕੋਲ ਵੀ ਆਉਂਦੇ ਹੋਣੇ, ਕੇਸ ਵਾਧੂ ਕਾਰ ਬਰਨ ਦੀ ਹੋ ਗਈ, ਕਾਰ ਜਲ ਗਈ, ਇਸ ਤਰ੍ਹਾਂ ਦੇ, ਜਾਂ ਜਿਹੜੇ ਅੰਦਰ ਖਾਂਦੇ ਪੀਂਦੇ ਆ, ਚੂਹੇ ਨੇ ਕਦੇ ਕਟਿੰਗ ਵਾਇਰ ਕਰ ਦਿੱਤੀ, ਧਿਆਨ ਨਹੀਂ ਦਿੱਤਾ ਆਪਾਂ ਨੇ, ਉਹ ਵੀ ਕਾਰਨ ਆ ਅੱਗ ਲੱਗਣ ਦੇ ਚਾਂਸ। ਤੇ ਬਿਲਕੁਲ ਬਹੁਤ ਅਹਿਮ ਚੀਜ਼ਾਂ ਇਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜੀ ਫਿਟਿੰਗ ਹੁੰਦੀ ਹੈ ਗੱਡੀਆਂ ਦੀ, ਕੋਈ ਵੀ ਗੱਡੀ ਹੋਵੇ, ਔਰ ਅੱਗ ਲੱਗਣ ਦਾ ਜਿਹੜਾ ਕਾਰਨ ਹੈ ਕਈ ਕਾਰਨ ਹੈ, ਕੋਈ ਫਿਟਿੰਗ 'ਚ ਪ੍ਰੋਬਲਮ ਹੈ ਜਾਂ ਕਿਸੇ ਤਰ੍ਹਾਂ ਦੀ ਕੋਈ ਵਾਇਰ ਲੂਜ਼ ਹੈ ਜਾਂ ਫਿਰ ਜੁਆਇੰਟ ਜਿਹੜਾ ਉਹ ਪ੍ਰੋਪਰ ਕਵਰ ਨਹੀਂ ਕੀਤਾ ਗਿਆ, ਔਰ ਇਹੀ ਕਾਰਨ ਹੈ ਹੁਣ ਤਾਂ ਗਰਮੀਆਂ ਵੀ ਵੱਧ ਚੁੱਕੀ ਹੈ, ਇਸ ਤਰ੍ਹਾਂ ਦੇ ਜਿਹੜੇ ਹਾਦਸੇ ਹੈ ਪਹਿਲਾਂ ਵੀ ਹੋਏ ਹੈ, ਔਰ ਇਹਨੂੰ ਬਚਣ ਵਾਸਤੇ ਲੋਕਾਂ ਨੂੰ ਇਤਿਹਾਸ ਜਿਹੜਾ ਉਹ ਵਰਤਣਾ ਬਹੁਤ ਜ਼ਰੂਰੀ ਹੈ। ਖਰੜ ਤੋਂ ਕੈਮਰਾਮੈਨ ਸਨਮਪ੍ਰੀਤ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।